हेलो एवरीवन वंस अगेन आई वेलकम यू ऑल ऑन माय चैनल एडमस्ट आज असी गल करा पंजाब पटवारी दोस्टा निकलिया ने बारे डिटेल की प्रोसीजर है की आखिरी डेट है फीस फे करेट है और उस तो भी पहला जी इंपॉर्टेंट गल हों कि पापा पेपर अगर क्लीयर कर भी लीए तो कई बार साढ़े को होंगे कि जोड़े सर्टिफिकेट होंगे ने उन्हें आपटिसफाइड नहीं होंगे ਬੱਦ ਪੇਪਰ ਕਲੀਅਰ ਕਰ ਲਿਆ ਤਾਂ ਉਦੋਂ ਬਹੁਤ ਦੁੱਖ ਹੁੰਦਾ ਹੈ ਤਾਂ ਇਸ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੇ ਸਰਟੀਫਿਕੇਟ ਵਗੈਰਾ ਨੇ ਉਹ ਵੀ ਚੰਗੀ ਤਰ੍ਹਾਂ ਚੈੱਕ ਕਰਕੇ ਫਿਰ ਹੀ ਇਸ ਫਾਰਮ ਨੂੰ ਫਿਲ ਕਰਨਾ ਇਹਦੇ ਵਿੱਚ ਮੈਂ ਪੂਰੀ ਡਿਟੇਲ ਦੇ ਵਿੱਚ ਇਸ ਪੂਰੇ ਨੋਟੀਫਿਕੇਸ਼ਨ ਨੂੰ ਡਿਸਕਸ ਕਰੂੰਗੀ ਕਿ ਤੁਹਾਨੂੰ ਕੀ ਕੀ ਲੋੜ ਪੈ ਸਕਦੀ ਹੈ ਤੁਸੀਂ ਇਹਨੂੰ ਕਿਵੇਂ 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 ਫਿਲ ਕਰਨਾ ਹੈ ਓਕੇ ਸੋ ਕੀਪ ਇਨ ਟੱਚ ਵਿਦ ਮੀ ਟੀਲ ਦ ਐਂਡ ਆਫ ਥਿਸ ਵੀਡੀਓ लेट्स स्टार्ट ਤੁਸੀਂ ਅਗਰ ਇਸ ਪੋਸਟ ਨੂੰ ਅਪਲਾਈ ਕਰਨਾ ਹੈ ਤਾਂ ਜਿਹੜਾ ਤੁਸੀਂ ਬਲੂ ਕਲਰ ਦੇ ਵਿੱਚ ਦੇਖ ਰਹੇ ਹੋ ਵੈਬਸਾਈਟ ਜਿਹੜੀ ਹੈ triplesp.punjab.comin.in ਮੈਂ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰਿਆਂ ਨੂੰ ਇਸ ਪੋਸਟ ਬਾਰੇ ਆਲਮੋਸਟ ਪਤਾ ਲੱਗ ਹੀ ਗਿਆ ਹੋਵੇਗਾ ਜਿਹੜੇ ਕਿ ਐਕਟਿਵ ਰਹਿੰਦੇ ਨੇ ਬਟ ਜਿਨ੍ਹਾਂ ਨੂੰ ਪਤਾ ਹਲੇ ਨਹੀਂ ਲੱਗਿਆ ਔਰ ਜਿਨ੍ਹਾਂ ਨੂੰ ਪਤਾ ਲੱਗ ਵੀ ਹੈ ਤਾਂ ਕਿ ਫੁੱਲ ਡਿਟੇਲ ਦੇ ਵਿੱਚ ਤੁਹਾਨੂੰ ਪੂਰੀ ਨੋਟੀਫਿਕੇਸ਼ਨ ਕਿਉਂਕਿ ਆਪਾਂ ਕਾਲ ਕਰ ਜਾਂਦੇ ਆ ਕਿਉਂਕਿ ਪੂਰਾ ਨੋਟੀਫਿਕੇਸ਼ਨ ਪੜਨਾ ਇਟ ਟੇਕਸ ਟਾਈਮ ਅਧਰਤਹੀ ਡਿਪੈਂਡ ਕਰਦੇ ਆ ਕਿ ਜਿਹੜਾ ਸਾਨੂੰ YouTube ਤੇ ਜਾਂ ਜਿੱਥੋਂ ਇਨਫਰਮੇਸ਼ਨ ਮਿਲ ਰਹੀ ਆਪਾਂ ਉਹ ਤੋਂ ਬਸ ਦੇਖਦੇ ਆ ਤੇ ਫਿਲ ਕਰ ਦਿੰਦੇ ਆ ਐਂਡ ਦੇ ਵਿੱਚ ਮੈਂ ਦੇਖਿਆ ਹੈ ਕਿ ਜਦੋਂ ਚਾਹੋਂ ਹੁੰਦੀ ਹੈ ਜਦੋਂ ਪ੍ਰੋਸੀਜਰ ਹੁੰਦਾ ਹੈ ਨਾ ਸਕਰੂਟੀ ਟਾਈਮ ਦੇ ਵਿੱਚ ਵੈਰੀਫਿਕੇਸ਼ਨ ਹੁੰਦੀ ਹੈ ਡਾਕੂਮੈਂਟ ਦੀ ਤਾਂ ਅਧੀਆਂ ਚੀਜ਼ਾਂ ਤਾਂ ਆਪਾਂ ਵੈਰੀਫਾਈ ਹੀ ਨਹੀਂ ਕਰਕੇ ਜਾਂਦੇ ਤਾਂ ਉਸ ਵੇਲੇ ਸਾਨੂੰ ਬਹੁਤ ਦੁੱਖ ਲੱਗਦਾ ਹੈ ਕਿ ਆਪਾਂ ਇਸ ਚੀਜ਼ ਕਰਕੇ ਰਹਿ ਗਏ ਇਸ ਚੀਜ਼ ਕਰਕੇ ਰਹਿ ਗਏ ਪਰ ਆਪਾਂ ਇਸ ਵਿੱਚ ਪੂਰਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਕਿੰਨਾ ਲੈਣ ਦੀ ਪ੍ਰੋਸੀਜਰ ਰਹੇਗਾ ਪੇਪਰ ਕਿਵੇਂ ਹੋਵੇਗਾ ਪੇਪਰ ਦੀ ਫੀਸ ਕੀ ਹੈ ਕੈਟਾਗਰੀ ਸਕੀ ਨੇ ਔਰ ਉਹਨਾਂ ਦਾ ਰੱਖਵਾ ਕਰਨ ਕਿਵੇਂ ਹੈ ਕਿੰਨੀਆਂ ਸੀਟਸ ਨੇ ਔਰ ਕਿਵੇਂ ਤਾਂ ਤੁਹਾਨੂੰ ਸਪੈਸ ਕਿੱਦਾ ਰਹੇਗਾ ਉਹਦੇ ਵਿੱਚ ਵੀ ਜਿਹੜੀ ਇਹਨਾਂ ਨੇ ਡਿਵੀਜ਼ਨ ਕੀਤੀ ਹੋਈ ਹੈ ਉਹਦੇ ਉਹ ਵੀ ਤੁਸੀਂ ਦੇਖੋਗੇ ਟ੍ਰੇਨਿੰਗ ਕੀ ਹੈ ਔਰ ਸਭ ਤੋਂ ਇੰਪੋਰਟੈਂਟ ਗੱਲ ਤੁਹਾਡੇ ਜਿਹੜੇ ਡਾਕੂਮੈਂਟਸ ਨੇ ਉਹ ਇਹਨਾਂ ਦੀ ਕੈਟਾਗਰੀ ਦੇ ਹਿਸਾਬ ਨਾਲ ਕੀ ਵੈਰੀਫਾਈ ਹੋ ਰਹੇ ਨੇ ਸੋ लेट्स स्टार्ट कि इस वैबसाइट के उत्ते जाके अपना फॉर्म फिल कर सकते हो जिमें कि ट्रिप्पल एस बी डॉ ट्र ट्रिपल एस बी डॉट पंजाब डॉट कॉमेंट डॉट इन ओके जाओगे तो थोड़ा ये नोटिफिकेशन ईजीली मिल जाएगा मैं अपलाई करने की शुरुआती मिति की है चौदह एक तो शुरू हो रहे हैं फॉर्म फिल करने सबमिट करने की लास्ट डेट की है इस तुम तो पेल यानी कि 11 ਹੈ ਤਾਂ ਤੁਸੀਂ 10 ਤੱਕ ਆਪਣਾ ਪੂਰਾ 10 2 ਤੱਕ ਆਪਣਾ ਜਿਹੜਾ ਵੀ ਫਰਵਰੀ ਤੱਕ ਪੂਰਾ ਕੰਪਲੀਟ ਕਰ ਦੇਣਾ ਸ਼ਾਮੀ 5:00 ਵਜੇ ਪੋਰਟਲ ਬੰਦ ਹੋ ਜਾਏਗਾ ਤਾਂ ਉਸ ਤੋਂ 2 ਦਿਨ ਪਹਿਲਾਂ ਹੀ ਮੇਰੀ ਡਿਵਾਈਸ ਹੈ ਕਿ ਤੁਸੀਂ ਫੀਲ ਕਰਕੇ ਰੱਖੋ ਕਿਉਂਕਿ ਉਦੋਂ ਤੱਕ ਤਾਂ ਬਹੁਤ ਹੈਵੀ ਹੋ ਜਾਂਦੀ ਹੈ ਸਾਈਟ ਕਿਉਂਕਿ ਬੱਚਾ ਨੂੰ ਆਖਰੀ ਵਿੱਚ ਹੀ ਲੱਗਦਾ ਹੈ ਕਿ ਚੱਲ ਪਾ ਰਹੀ ਦਿੰਨੇ ਆ ਨਾ ਇਸ ਤਰ੍ਹਾਂ ਫੀਸ ਕਰਨ ਦੀ ਆਖਰੀ ਮਿਤੀ ਕੀ ਹੈ 15 2 ਠੀਕ ਹੈ ਫੀਸ ਕਰਨ ਦੀ ਆਖਰੀ 15 ਤੋ ਤੁਸੀਂ 15 ਨੂੰ ਨਹੀਂ ਤੁਸੀਂ 14 ਜਾਂ 13 ਤੱਕ ਡਿਪੋਜ਼ਿਟ ਕਰਾ ਦੇਣਾ ਫੀਸ ਓਕੇ ਤੇ ਉਸ ਤੋਂ ਬਾਅਦ ਇੰਪੋਰਟੈਂਟ ਹੈ ਕਿ ਇਹ ਗਰੁੱਪ ਸੀ ਦੀਆਂ ਸੇਵਾਵਾਂ ਨੇ ਗਰੁੱਪ ਏ ਦੀ ਪੋਸਟ ਨਹੀਂ ਹੈ ਬੀ ਦੀ ਨਹੀਂ ਹੈ ਸੀ ਦੀ ਨਹੀਂ ਹੈ ਓਕੇ ਇਹਦੇ ਵਿੱਚ ਕਿਹੜੀ ਕਿਹੜੀਆਂ ਪੋਸਟਾਂ ਨੇ ਮਾਲ ਪਟਵਾਰੀ ਦੀਆਂ ਜੇਲਦਾਰ ਇਰੀਗੇਸ਼ਨ ਬੁਕਿੰਗ ਕਲਰਕ ਪਟਵਾਰੀ ओके ਇਹਨਾਂ ਦੀਆਂ ਨੇ ਇਰੀਗੇਸ਼ਨ ਜਿਹੜਾ ਆਪਣਾ ਸਚਾਈ ਵਿਭਾਗ ਹੋ ਗਿਆ ਜੈਲਦਾਰ ਔਰ ਮਾਲ ਪਟਵਾਰੀ ਔਰ ਟੋਟਲ ਪੋਸਟ ਜਿਹੜੀਆਂ ਨੇ 1152 ਨੇ ਠੀਕ ਹੈ ਔਰ ਇਹਦੇ ਵਿੱਚ 1152 ਅਤੇ 5 ਇਹ ਤਾਂ ਤੁਹਾਨੂੰ ਦੱਸਤਾ ਨੈਕਸਟ ਕਿ ਟੋਟਲ ਨੰਬਰ ਆਫ ਪੋਸਟ ਕਿਨੇ ਨੇ ਓਕੇ ਜਿਵੇਂ ਕਿ ਆਪਾਂ ਦੇਖਿਆ ਇੱਥੇ 1152 ਪੋਸਟ ਨੇ ਟੋਟਲ ਔਰ ਉਹਦੇ ਵਿੱਚ ਰਿਵੈਨਿਊ ਦੀ ਜਿਹੜੀ ਪੋਸਟ ਆ ਉਹਦੇ ਲਈ 1090 ਜਿਹੜੀ ਪੋਸਟ ਨੇ ਉਹ ਅਲੋਟ ਨੇ ਔਰ ਜੈਲਦਾਰ ਦੀ 32 4 ਯਾਨੀ yani ਕਿ uh, 36 ਐਂਡ ਇਰੀਗੇਸ਼ਨ ਬੁਕਿੰਗ ਕਲਰਕ ਲਈ 20 ਇਹ uh, 26 ਨੇ ਦਾ ਟੋਟਲ ਹੋ ਗਿਆ 1152 ਇਸ ਤਰ੍ਹਾਂ ਨੇ ਔਰ ਉਹਦੇ ਵਿੱਚੋਂ ਵੀ ਕਿੱਦਾਂ ਉਹਨਾਂ ਨੇ ਕੈਟਾਗਰੀ ਡਿਵੀਜ਼ਨ ਕੀਤੀ ਹੋਈ ਹੈ ਇਹ ਚਾਰਟ ਵਿੱਚ ਤੁਸੀਂ ਦੇਖਣਾ ਜਰਨਲ ਦੇ ਲਈ ਬਹੁਤ ਸਾਰੇ ਨੇ 40 सी 6 ਐਂਡ ਸ਼ਡਿਊਲ ਦੇ ਰਹੀ 117 ਇਨ ਪਟਵਾਰੀ ਰੈਵਨਿਊ ਦੇ ਵਿੱਚ ਬਹੁਤ ਸਿੱਟਾ ਨੇ ਸੋ ਬੱਚਿਆਂ ਦੀ ਪਹਿਲੀ ਪ੍ਰੈਫਰੈਂਸ ਇਹੀ ਰਹੇਗੀ ਆਫ ਕੌਰਸ ਐਂਡ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜੈਲਦਾਰ অর ਰਜਿਸਟਰੇਸ਼ਨ ਦੇ ਵਿੱਚ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਤੁਹਾਡੀ ਪ੍ਰੈਫਰੈਂਸਿਸ ਉਹਨਾਂ ਨੇ ਦਿੱਤੀਆਂ ਹੋਈਆਂ ਨੇ 1 2 3 ਕਰਕੇ ਤੁਸੀਂ ਉਹਦਾ ਭਰ ਸਕਦੇ ਹੋ ਓਕੇ ਔਰ ਪੀ ਡਬਲਯੂ ਆਰ ਐਮ ਡੀ ਸੀ ਦੇ ਵਿੱਚ ਬਹੁਤ ਘੱਟ ਪੋਸਟ ਨੇ ਜਿਵੇਂ ਕਿ ਇੱਕ ਇੱਕ ਹੀ ਆ ਪੋਸਟ ਤਾਂ ਪਟਵਾਰੀ ਰੈਵੈਨਿਊ ਦੇ ਵਿੱਚ ਬਹੁਤ ਪੋਸਟ ਹੈ ਤਾਂ ਕੰਪੀਟੀਸ਼ਨ ਇਧਰੋਂ ਆ ਰਿਹਾ ਔਰ ਜਨਰਲ ਦੇ ਲਈ 406 ਸ਼ੈਡਿਊਲ ਕਾਸਟ ਲਈ 117 ਔਰ ਸ਼ੈਡਿਊਲ ਕਾਸਟ RAMDASHI ਐਂਡ ਅਦਰਸ ਲਈ 91 ਬੈਕਵਰਡ ਕਲਾਸ ਦੇ ਲਈ 114 ਔਰ ਬਾਕੀ ਤੁਸੀਂ ਇਹ ਦੇਖਣਾ ਕਿ ਜਿਹੜੇ ਵੀ ਤੁਸੀਂ ESM ਹੋਰ sports ਦੇ ਵਿੱਚ ਜਿਹੜੇ ਪਰਸਨ ਨੇ ਜਨਰਲ 20 sports ਦੇ ਜਿਹੜੇ SC ਵਗੈਰਾ ਨੇ ਉਹਨਾਂ ਦੇ 10 sports ਵਿੱਚ SC RO ਨੇ 6 ਫਿਜ਼ੀਕਲ ਹੈਂਡੀਕੈਪ ਦੇ ਲਈ 29 ਬਾਕੀ ਇਹਨਾਂ ਕਿ ਫ੍ਰੀडम फाइਟਰ ਦੇ ਲਈ 13 ਇਕਨੋਮਿਕਲ ਵੀਕਰ ਸੈਕਸ਼ਨ ਦੇ ਲਈ 117 ਓਕੇ ਸੋ ਇਹ ਡਿਵੀਜ਼ਨ ਤੁਸੀਂ ਦੇਖ ਲੈਣਾ ਮੈਨੂੰ ਲੱਗਿਆ ਪਥਵਾਰੀ ਦੀ ਹੀ ਜ਼ਿਆਦਾ ਪੋਸਟਸ ਨੇ ਤਾਂ ਬੱਚੇ ਉਹਦੇ ਚੋਂ ਹੀ ਜ਼ਿਆਦਾ ਫੀਲ ਕਰਨਗੇ ਨੈਕਸਟ ਕੀ ਜਿਹੜੀ ਊਮੈਨਸ ਲਈ ਊਮੈਨਸ ਲਈ ਜਿਹੜੀ ਕੈਟਾਗਰੀ ਰਿਜ਼ਰਵ ਹੈ 33% ਐਸ ਯੂ ਨੋ ਕਿ ਹਰ ਦੇ ਹਰ ਸੈਕਟਰ ਦੇ ਵਿੱਚ ਊਮੈਨਸ ਦੀ ਜਿਹੜੀ ਵੈਕੈਂਸੀ ਰਿਜ਼ਰਵੇਸ਼ਨ ਜਿਹੜੀ ਕਰ ਦਿੱਤੀ ਗਈ ਹੈ 33% ਔਰ ਤਾਂ ਊਮੈਨਸ ਨੂੰ ਜ਼ਿਆਦਾ ਚਾਂਸ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਪੇਪਰ ਕਲੀਅਰ ਕਰ ਸਕਦੇ ਨੇ ਤਾਂ ਮੇਰੀ ਡਵਾਈਸ ਹੈ ਉਹ ਜ਼ਰੂਰ ਫਿਲ ਕਰਨ ਉਸ ਤੋਂ ਬਾਅਦ ਪਟਵਾਰੀ ਦੇ ਜਿਹੜਾ ਪੇ ਸਕੇਲ ਹੈ ਉਹ ਕਿਸ ਤਰ੍ਹਾਂ ਰਹੇਗਾ ਕਿ ਜਿਹੜਾ ਪਟਵਾਰੀ ਦਾ ਪੇ ਸਕੇਲ ਹੈ ਉਹਨਾਂ ਨੂੰ ਕੀ ਕੀਤਾ ਜਾਏਗਾ ਨਾ ਕਿ ਉਹਨਾਂ ਦੀ ਸੈਲਰੀ ਜਿਹੜੀ ਹੈ 19900 ਰਹੇਗੀ ਬਟ ਇਹਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪਹਿਲਾਂ ਤੁਹਾਨੂੰ ਅਸੀਂ ਜਿਵੇਂ ਕਿ ਆ ਨੋਟ ਤੁਸੀਂ ਦੇਖ ਲਓ தி ਸਿਲੈਕਟਡ ਕੈਂਡੀਡੇਟ ਸ਼ਲ ਅੰਡਰਗੋ 1 ਇਅਰ ਟ੍ਰੇਨਿੰਗ ਇਨ ਪਟਵਾਰੀ ਸਕੂਲ ਐਂਡ 6 ਮੰਥ ਟ੍ਰੇਨਿੰਗ ਇਨ ਫੀਲਡ ਦੂਰਿੰਗ ਥਿਸ ਪੀਰੀਅਡ ਆਫ ਟ੍ਰੇਨਿੰਗ ਹੌਨਲੀ ਸਟਿਪਨੈਂਡ 500 5000 ਪਰ ਮੰਥ ਇਜ਼ ਐਡਮਿਸਿਬਲ ਐਸ ਪਰ ਗਵਰਨਮੈਂਟ ਮੈਮੋ ਨੰਬਰ ਮਤਲਬ ਕਿ ਉਹ ਤੁਹਾਨੂੰ ਪਹਿਲੇ 6 ਮੰਥ ਦੀ ਟ੍ਰੇਨਿੰਗ ਲਈ ਭੇਜਣਗੇ ਉਦੋਂ ਤੱਕ ਉਹ ਤੁਹਾਨੂੰ ਸਿਰਫ 5000 ਦੇਣਗੇ ਉਸ ਤੋਂ ਬਾਅਦ ਜਦੋਂ ਤੁਹਾਡੀ ਟ੍ਰੇਨਿੰਗ ਹੋ ਜਾਏਗੀ ਪਟਵਾਰੀ ਸਕੂਲ ਦੇ ਵਿੱਚ ਤਾਂ ਤੁਹਾਨੂੰ 19900 ਮਿਲੇਗਾ ਉਦੇ ਵਿੱਚ ਵੀ ਜਿਹੜਾ ਹੈ ਕਿ ਉਸ ਤੋਂ ਬਾਅਦ ਤਾਂ ਜਿਹੜੀ ਐਕਚੁਅਲ ਪੇ ਸਕੇਲ ਹੈ ਉਹ ਇਹਨਾਂ ਨੇ ਕਿਹਾ ਹੈ ਕਿ ਪਹਿਲਾਂ ਨਹੀਂ ਦਿੱਤਾ ਜਾਏਗੀ ਪਹਿਲਾਂ ਤੁਹਾਨੂੰ ਇੰਨੀ ਹੀ ਰਹੇਗੀ ਕਿ 5000 ਟ੍ਰੇਨਿੰਗ ਦੇ ਦੌਰਾਨ ਦੇਣਗੇ ਤੇ 19900 ਜਿਹੜਾ ਪੇ ਸਕੇਲ ਹੈ ਉਹ ਮਿਲਣਯੋਗ ਰਹੇਗਾ ਔਰ ਇਹ ਤੇ ਮਿੱਤੀ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਨਾ ਇਹ ਤੁਸੀਂ ਦੇਖ ਲੈਣਾ ਉਹਨੂੰ ਮੈਮੋਰੰਡਮ ਨੂੰ ਪੜ੍ਹੋਗੇ ਪੂਰੀ ਕਲੀਅਰਟੀ ਨਾ ਪੜ੍ਹੋਗੇ ਤੋ ਤੁਸੀਂ ਇਦਾਂ ਨਹੀਂ ਮੰਨ ਕੇ ਚੱਲਣਾ ਕਿ ਸਾਨੂੰ ਪਹਿਲਾਂ ਹੀ 35 ਹਜ਼ਾਰ ਜਾਂ 40 ਹਜ਼ਾਰ ਸੈਲਰੀ ਮਿਲੇਗੀ ਉਹਨਾਂ ਨੇ ਜਿੱਦਾਂ ਕਿਹਾ ਹੈ ਸੈਲਰੀਆਂ ਉਦਾਂ ਹੀ ਮਿਲਣਗੀਆਂ ਉਸ ਤੋਂ ਬਾਅਦ ਜੇ ਇਰੀਗੇਸ਼ਨ ਵਾਲਿਆਂ ਨੂੰ ਤੇ ਇਹਨਾਂ ਨੂੰ ਵੀ ਬੁਕਿੰਗ ਕਲਰਕ ਦੇ ਲਈ ਇਹਨਾਂ ਨੂੰ ਵੀ ਮੈਟ੍ਰਿਕਸ ਕੇ ਲਈ ਨਾ ਦਾ 19900 ਰਹੇਗਾ ਔਰ ਇਹਨਾਂ ਨੂੰ ਵੀ 3 ਮੰਥ ਦੀ ਟ੍ਰੇਨਿੰਗ ਦੇ ਲਈ ਜਾਣਾ ਪਏਗਾ ਔਰ ਜਿਹੜੇ ਜੈਲਦਾਰ ਨੇ ਉਹਨਾਂ ਨੂੰ ਵੀ ਜਿਹੜਾ ਪੇ ਸਕੇਲ ਹੈ 35400 ਮਿਲਣ ਜੋਗ ਰਹੇਗਾ 7th phase 콜 디ਗਾਰਡਿੰਗ ਬਟ ਇਨਾਂ ਨੂੰ ਵੀ 3 ਮੰਥੀ ਟ੍ਰੇਨਿੰਗ ਦੇ ਲਈ ਜਾਣਾ ਪਏਗਾ ਨੈਕਸਟ ਜਿਹੜੇ ਵੈਚਰ ਰਿਸੋਰਸਸ ਦੇ ਲਈ ਨੇ ਇਹਨਾਂ ਦੀ ਵੀ ਸੈਲਰੀ 35400 ਹੈ ਔਰ ਇਹਨਾਂ ਦੇ ਲਈ ਇਹਨਾਂ ਨੇ ਕੋਈ ਇਸ ਤਰ੍ਹਾਂ ਦਾ ਨਹੀਂ ਰੱਖਿਆ ਕਿ ਇਹਨਾਂ ਨੂੰ ਟ੍ਰੇਨਿੰਗ ਦੇ ਲਈ ਜਾਣਾ ਪਏਗਾ हूँ क्वालिफिकेशन इन्होंने दसी है कि किसान क्वालिफिकेशन तो पेट्रोली रेवेन्यू के लिए तो सारे बच्चे ने मेन लगता है, फिल कर नहीं है। ये फील करना ही है यदि एक बार क्वालिफिकेशन uh, देख लो कि बैचलर डिग्री डिग्री यानी कि बी ए की होनी चाहिए है और ती वन टवेंटी आवर्स का जो वर्किंग एक्सपीरियंस है कंप्यूटर के उ इन ऑफ कंप्यूटर और इन्फॉर्मेशन टेक्नोलॉजी इन ऑफिस प्रोडक्टिविटी डेस्कटॉप पब्लीकेशन तो जो है ना सर्टिफिकेट बनवाना है कंप्यूटर का और लिखा जिख्या ना आई एस ओ नाइन थाउजेंड वन वन ट्वेंटी आर्स का इस ही अकॉर्डिंग बनवाना है 올 서티피케트 오브 올 레벨 फॉर द फ्रॉम द डिपार्टमेंट ऑफ 일렉트로닉 어크레디테이션 ఆఫ్ 컴퓨터 코스 ਤਾਂ ਤੁਸੀਂ ਨਾ ਜਿਹੜਾ ਨਾ ਲਿਖਿਆ ਹੈ ਨਾ DOEACC ਹੈ ਨਾ ਇਹਦੇ ਵਿੱਚ ਤੁਸੀਂ 120 ਆਵਰਸ ਦਾ ਰੜਾ ਆਪਣਾ ਕੰਪਿਊਟਰ ਦਾ ਸਰਟੀਫਿਕੇਟ ਹੈ ਤੁਸੀਂ ਬਣਵਾ ਲੈਣਾ ਹੈ ਤੁਸੀਂ ਕੀਤਾ ਹੋਏਗਾ ਜਾਂ ਕਿਸੇ ਨੇ ਤਾਂ ਹੋਏਗਾ ਉਹਨਾਂ ਕੋਲ ਤਾਂ ISO 9001 ਦਾ ਹੀ ਇਹਨਾਂ ਨੇ ਮੰਨਣਾ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਜਿਹੜੀ ਹੈ ਕਲੀਅਰ ਕੀਤੀ ਹੋਣੀ ਚਾਹੀਦੀ ਹੈ ਆਪਣੀ ਚੰਤੇ ਵਿੱਚ ਓਕੇ ਤੋਂ ਜੁੜੇ ਸਾਡੇ ਸਰਟੀਫਿਕੇਟ ਨੇ ਹੁਣ ਉਹ ਇਦਾਂ ਨਹੀਂ ਹੈ ਕਿ ਤੁਸੀਂ ਜਿਵੇਂ ਕਿ ਪੋਸਟ ਫਿਲ ਕਰਤੀ ਉਸ ਤੋਂ ਬਾਅਦ ਤੇ ਤੁਹਾਡਾ ਸਰਟੀਫਿਕੇਟ ਆ ਰਿਹਾ ਔਰ ਤੁਸੀਂ ਫਿਲ ਕਰਦੇ ਨਹੀਂ ਸਰਟੀਫਿਕੇਟ ਤੁਹਾਡਾ ਜਿਹੜਾ ਆ ਡੀ ਐਮ ਸੀ ਉਹ ਤੁਹਾਡੇ ਕੋਲ ਜਿਵੇਂ ਤੁਸੀਂ ਅੱਜ ਸਪੋਜ਼ ਕਰ ਲਓ ਕਿ ਆਪਾਂ ਅੱਜ ਫਿਲ ਕਰ ਰਹੇ ਹਾਂ ਫਾਰਮ ਤਾਂ ਸਾਡੇ ਕੋਲ ਅੱਜ ਤੱਕ ਹੋਣਾ ਚਾਹੀਦਾ ਹੈ ਸਰਟੀਫਿਕੇਟ ਕਲੀਅਰ ਹੈ ਕਿ ਇਹ ਨਹੀਂ ਕਿ ਸਾਡੀ ਸਰਟੀਫਿਕੇਟ ਸਾਨੂੰ ਬਾਅਦ ਚ ਆਏਗਾ ਹਲੇ ਅਸੀਂ ਇੱਕ ਪੇਪਰ ਕਲੀਅਰ ਕਰ ਲਿਆ ਹੈ ਪਰ ਸਾਡੀ ਡੀ ਐਮ ਸੀ ਹਲੇ ਨਹੀਂ ਆਈ ਤੇ ਜਿਹੜੀ ਡੀ ਐਮ ਸੀ ਦੇ ਵਿੱਚ ਡੇਟ ਮੈਂਸ਼ਨ ਹੋਣੀ ਚਾਹੀਦੀ ਹੈ ਨਾ ਉਹ ਤੁਹਾਡੀ ਫਿਲ ਕਰਨ ਦੇ ਟਾਈਮ ਦੇ ਨਾਲ ਮੈਚ ਕਰਨੀ ਚਾਹੀਦੀ ਹੈ ਉਸ ਜੇ ਮੈਂ ਤੁਸੀਂ ਫਿਲ ਕਰਤਾ ਉਸ ਤੋਂ ਬਾਅਦ ਦੀ ਡੇਟ ਦਾ ਅਗਰ ਤੁਹਾਡਾ ਸਰਟੀਫਿਕੇਟ ਆਂਦਾ ਹੈ ਤਾਂ ਉਹ ਐਪਲੀਕੇਬਲ ਨਹੀਂ ਹੋਏਗਾ ਓਕੇ ਨੈਕਸਟ ਉਹਨਾਂ ਨੇ ਜਲਦਾਰ ਦੇ ਲਈ ਜਿਹੜੀ ਦੱਸੀ ਹੈ कि ओही उन्होंने है पास द डिग्री एग्जामिनेशन डिग्री यानी कि बीए कितनी होनी चाहिए और विद सेकंड डिवीजन भी थे चल जाएगा ओही जाए जाए है <tomit'samil tako> कि लास्ट डेट ऑफ रिसिप्ट ऑफ एप्लीकेशन जब तो ओ ਤੁਸੀਂ एप्लीकेशन ਆਪਣੀ ਸਬਮਿਟ ਕਰੋਗੇ ਉਦੋਂ ਤੱਕ ਤੁਹਾਡਾ ਡੀਐਮਸੀ ਤੁਹਾਡੇ ਹੱਥ ਚ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਨਹੀਂ ਚੱਲੇਗੀ ਯਾਨੀ ਕਿ ਜਿਹੜੇ ਬੀਐਸ ਪਸਿਊ ਕਰ ਰਹੇ ਨੇ ਤੇ ਮੰਨ ਲਓ ਉਹਨਾਂ ਦੇ ਪੇਪਰ ਹੁਣੇ ਹੋ ਜਾਂਦੇ ਨੇ ਓਕੇ ਮਾਰਚ ਮਹੀਨੇ ਦੇ ਵਿੱਚ ਤਾਂ ਉਹ ਐਪਲੀਕੇਬਲ ਨਹੀਂ ਹੋਣਗੇ ਜਿਨ੍ਹਾਂ ਨੇ ਕਲੀਅਰ ਕਰ ਲਈ ਹੈ ਉਹ ਐਪਲੀਕੇਬਲ ਹੋਣਗੇ ਤੇ ਪੰਜਾਬੀ ਐਜ਼ ਯੂ نو ਐਵਰੀ ਪੰਜਾਬੀ ਐਗਜ਼ਾਮੀਨੇਸ਼ਨ ਇਸ ਮਸਟ ਨੈਕਸਟ ਕਿ ਜਿਹੜੀ ਜਦੋਂ ਤਾਂ ਆਪਾਂ ਫਾਰਮ ਫਿਲ ਕਰਦੇ ਆ ਨਾ ਉਸ ਦੇ ਵਿੱਚ ਉਹ ਪੁੱਛਦੇ ਆ ਕਿ ਜਨਰਲ ਦਾ ਕੋਡ ਕੀ ਹੈ BC अगर ਤੁਸੀਂ ਫਿਲ ਕਰਦੇ ਹੋ ਤਾਂ ਕਹਿੰਦੇ ਇੱਥੇ ਕੋਡ ਫਿਲ ਕਰੋ ਤਾਂ ਤੁਸੀਂ ਇਹ ਵਾਲੇ ਕੋਡ ਜਿਹੜੇ ਆ ਅਗਰ ਤੁਸੀਂ ਜਨਰਲ ਹੋ ਤਾਂ ਤੁਸੀਂ 101 ਕੋਡ ਫਿਲ ਕਰੋਗੇ BC ਹੋ ਤਾਂ 105 ਫਿਲ ਕਰੋਗੇ ਐਸੀ ਰਾਮਦੇਸੀ ਹੋ ਤਾਂ 104 ਫਿਲ ਕਰੋਗੇ ਜੇ ਤੁਸੀਂ ਫਿਜ਼ੀਕਲ ਹੈਂਡੀਕੇਪ ਹੋ ਔਰਥੋ ਤਾਂ 117 ਕੋਡ ਇਸ ਤਰ੍ਹਾਂ ਤੁਸੀਂ ਆਪਣੀ categories ਦੇ ਹਿਸਾਬ ਨਾਲ ਕੋਡ ਫਿਲ ਕਰਨੇ ਨੇ ਆਪਣੇ ਫਾਰਮ ਦੇ ਵਿੱਚ ਬਹੁਤ ਧਿਆਨ ਨਾਲ ਤੇ ਇਹਨਾਂ ਨੇ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ ਹੈ ਕਿ ਜਿਹੜੇ ਹோம்ਵਰਕ ਨੇ ਜਾਂ ای ڈبلیو ایس ਦੇ ਵਿੱਚ ਜਨਰਲ ਨੇ ਕਮਜ਼ੋਰ ਵਰਗ ਨੇ ਇਹਨਾਂ ਨੇ ਦੱਸਿਆ ਮਤਲਬ ਥੋੜਾ ਜਿਹਾ ਕਲੀਅਰ ਕੀਤਾ ਕਿ ਆਪਣੇ ਆਪ ਭਰੋ ਜਿਹੜੇ ਫਾਰਮ ਨੇ ਤੁਸੀਂ ਆਫ ਕੋਰਸ ਆਪਣੇ ਆਪ ਭਰੋ ਉਹਦੇ ਵਿੱਚ ਤਾਂ ਕਿ ਕਰੈਕਸ਼ਨ ਜੇ ਕੁਝ ਹੁੰਦੀ ਹੈ ਤਾਂ ਤੁਹਾਨੂੰ ਜ਼ਿਆਦਾ ਪਤਾ ਹੁੰਦਾ ਹੈ ਜਿਵੇਂ ਤੁਹਾਡੇ ਨਾਮ ਦੇ ਸਪੈਲਿੰਗ ਹੈ ਕਿਸੇ ਦੇ ਵਿੱਚ ਇੱਕ ਲੈਟਰ ਕਿਸੇ ਨੇ ਕੋਈ ਹੋਰ ਪੜ ਦੇ ਰਹਾ ਹੈ ਉਹ ਤੁਹਾਡਾ ਫਾਰਮ ਪੂਰਾ ਗਲਤ ਹੋ ਜਾਣਾ ਇਸ ਲਈ ਆਪਣੇ ਆਪ ਦੇਖੋ ਆਪਣਾ ਫਾਰਮ ਤੇ ਉਸੇ ਹਿਸਾਬ ਨਾਲ ਤੁਸੀਂ ਫਿਲ ਕਰੋ ਉਸ ਨੂੰ ਓਕੇ ਨੈਕਸਟ ਉਮਰ ਸੀਮਾ ਉਮਰ ਸੀਮਾ ਕੀ ਹੈ ਕਿ ਤੁਸੀਂ 18 ਸਾਲ ਤੋਂ ਜਨਰਲ ਕੈਟਾਗਰੀ ਦੇ ਬੱਚੇ 18 ਸਾਲ ਤੋਂ 37 ਸਾਲ ਤੱਕ ਦੀ ਉਮਰ ਉਹਨਾਂ ਨੇ ਮੰਗੀ ਹੈ ਠੀਕ ਹੈ ਜੇ ਤੁਸੀਂ ਐਪਲੀਕੇਸ਼ਨ ਫਾਰਮ ਫਿਲ ਕਰਨ ਤੱਕ 37 ਸਾਲ ਤੱਕ ਦੇ ਹੋ ਤੁਸੀਂ ਫਿਲ ਕਰ ਸਕਦੇ ਹੋ ਨੈਕਸਟ ਕੀ ਜਿਹੜੇ ਆਪਣੇ ਅਨੁਸੂਚਿਤ ਜਾਤੀ ਯਾਨੀ ਕਿ ਐਸਸੀ ਆ ਬੀਸੀ ਕੈਟਾਗਰੀ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਛੋੜ ਦਿੱਤੀ ਗਈ ਹੈ 42 ইয়ার্স ਤੱਕ ਔਰ ਜਿਹੜੇ ਕਰਮਚਾਰੀ ਕੰਮ ਕਰਦੇ ਨੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਰਾਜ ਸਟੇਟ ਔਰ ਸੈਂਟਰ ਲੈਵਲ ਤਾਂ ਉਹਨਾਂ ਨੂੰ 45 ਸਾਲ ਤੱਕ ਦੀ ਛੋੜ ਦਿੱਤੀ ਗਈ ਹੈ ਔਰ ਜਿਹੜੇ ਐਕ ਸਰਵਿਸਮੈਨ ਨੇ ਉਹਨਾਂ ਦੀ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਰਹੇਗੀ ਠੀਕ ਹੈ ਉਸ ਤੋਂ ਬਾਅਦ ਪੰਜਾਬ ਦੇ ਵਸਨੀਕ ਅੰਗਹੀਨਾ ਜਿਹੜੇ ਅੰਗਹੀਨ ਨੇ ਜਿਹੜੇ ਆਪਣੇ ਵਿਕਲਾਂਗ ਨੇ ਉਹਨਾਂ ਨੂੰ 10 ਸਾਲ ਛੋੜ ਦਿੰਦੇ ਹੋਏ ਵੱਧ ਤੋਂ ਵੱਧ ਉਮਰ ਸੀਮਾ 47 ਸਾਲ ਹੋਵੇਗੀ ਔਰ ਅਪਰ ਲਿਮਿਟ ਜਿਹੜੀ ਵੀਡੀਓਜ਼ ਨੇ ਜਿਹੜੀਆਂ ਵਿਦਵਾਨ ਨੇ ਜਿਹੜੇ ਡਾਈਵੋਰਸਿਸ ਨੇ ਔਰ ਤਾਂ ਉਹਨਾਂ ਦੇ ਲਈ 40 ਸਾਲ ਰਿਲੈਕਸੇਸ਼ਨ ਦਿੱਤੀ ਉਹਨਾਂ ਨੇ नैक्सट फीस संबंधी हूँ फीस संबंधी इंपॉर्टेंट की है कि जनरल फीस थाउजेंड रुपी है एंड एस सी बी सी ई डब्ल्यू एस लिय टू फिफ्टी है तो जोड़े अपने एक्स रुपीसमैन एंड डिपेंडेंट ने सबका फौजी उन्हों टू हंड्रड है और जो अपने फिजिकल हैंडकेप ने फाइव हंड्रड है ओके और जोड़ी फीस तुम्हें डिपोजिटिक वर्क करती इन्होंने कोई वापस नहीं करनी जो फिल करती तो फिल करती ओके सो इस संबंधी कोई भी थोड़ी अर्जी नहीं सुनी जाएगी सो so, बहुत ध्यान में फिल करना ਔਰ ਰਿਜ਼ਰਵੇਸ਼ਨ ਦਾ ਕੀ ਹੈ ਕਿ ਤੁਹਾਨੂੰ ਜਿਵੇਂ ਤੁਸੀਂ ਇੱਕ ਵਾਰ ਫੀਲ ਕਰਤਾ ਕਿ ਸਾਡੀ ਇਹ ਰਿਜ਼ਰਵੇਸ਼ਨ ਹੈ ਤੁਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ ਇਹ ਬਹੁਤ ਇੰਪੋਰਟੈਂਟ ਗੱਲ ਹੈ ਕਿ ਤੁਸੀਂ ਕੁਝ ਵੀ ਅਗਰ ਫਾਰਮ ਫਿਲ ਕਰਤਾ ਹੈ ਔਰ ਉਹਨੂੰ ਤੁਸੀਂ ਸਬਮਿਟ ਕਰਤਾ ਹੈ ਠੀਕ ਹੈ ਤੁਸੀਂ ਉਹਨੂੰ ਕੁਝ ਵੀ ਉਹਦੇ ਵਿੱਚ ਚੇਂजेस ਦੁਬਾਰਾ ਨਹੀਂ ਕਰ ਸਕਦੇ ਉਹ ਤੁਹਾਡੀ ਗੱਲ ਨਹੀਂ ਸੁਣਨਗੇ ਸੋ ਬੀ ਕੇਅਰਫੁਲ ਵਾਈਲ ਫਿਲਿੰਗ ਥਿਸ ਫਾਰਮ ਪਹਿਲਾਂ ਹੀ ਤੁਸੀਂ ਆਪਣੇ ਸਾਰੇ ਸਾਰੀ ਚੀਜ਼ਾਂ ਧਿਆਨ ਨਾਲ ਇਕੱਠੀਆਂ ਕਰਕੇ ਰੱਖੋਗੇ ਤਾਂ ਹੀ ਫੀਲ ਫਾਰਮ ਫਿਲ ਕਰੋਗੇ। ਔਰ ਜਿਹੜਾ ਜਿਹ ਰਿਜ਼ਰਵੇਸ਼ਨ ਦਾ ਫਾਇਦਾ ਹੈ ਸਿਰਫ ਉਹਨਾਂ ਨੂੰ ਹੀ ਮਿਲੇਗਾ ਜਿਹੜੇ ਪੰਜਾਬ ਦੇ ਨੇ ਜਿਹੜੇ ਆਊਟਸਾਈਡਰਸ ਨੇ ਪੰਜਾਬ ਤੋਂ ਉਹਨਾਂ ਨੂੰ ਨਾਤਾ ਇਸ ਸਰਟੀਫਿਕੇਟ ਬਣਾਉਣ ਦੀ ਲੋੜ ਹੈ ਨਾ ਹੀ ਉਹਨਾਂ ਨੂੰ ਕੋਈ ਮਿਲੇਗਾ ਯਾਨੀ ਕਿ ਉਹ ਜਨਰਲ ਦੇ ਵਿੱਚ ਇਨਕਲੂਡ ਹੋਣਗੇ। ਠੀਕ ਹੈ ਔਰ ਸ਼੍ਰੇਣੀ ਦਾ ਕੋਡ ਭਰਨ ਸਮੇਂ ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਉਮੀਦਵਾਰ ਵੱਲੋਂ ਆਨਲਾਈਨ ਜਿਹੜੇ ਫਾਰਮ ਕੀਤੇ ਗਏ ਨੇ ਫਾਰਮ ਫਿਲ ਦਜ ਸ਼੍ਰੇਣੀ ਤੇ ਸ਼੍ਰੇਣੀ ਕੋਡ ਦੇ ਆਧਾਰ ਤੇ ਹੀ ਉਸ ਨੂੰ ਪਾਤਰਤਾ ਦੇ ਵਿਚਾਰਿਆ ਜਾਏਗਾ ਜਿਵੇਂ ਤੁਹਾਨੂੰ ਦੱਸਿਆ ਨਾ 101 ਫਜਮ ਕਰਨ ਦੀ ਜਿਹੜੀਆਂ ਜਿਹੜੇ ਨੇ ਉਹ ਸਿਰਫ ਪੰਜਾਬ ਦੇ ਵਸਨੀਕਾਂ ਨੂੰ ਹੀ ਉਹਦਾ ਲਾਭ ਮਿਲੇ ਫਜਮ ਦਾ ਲਾਭ ਲੈਣਾ ਹੈ ਤਦ ਤੁਸੀਂ ਡੋਮਿਸਾਈਲ ਸਰਟੀਫਿਕੇਟ ਬਣਵਾ ਲੈਣਾ ਹੈ बिकॉज़ अगर ਤੁਹਾਡੇ ਕੋਲ हां 3 ਸਾਲਾਂ ਤੱਕ ਦਾ ਪਿਛਲਾ ਤਾਂ ਚੱਲ ਜੇਗਾ ਇਹਨਾਂ ਨੇ ਇੱਥੇ ਮੈਂਸ਼ਨ ਕੀਤਾ ਹੈ ਕਿ 5 ਸਾਲਾਂ ਤੱਕ ਦਾ ਆਪਾਂ ਐਕਸੈਪਟ ਕਰ ਲਾਂਗੇ ਬਟ ਤੁਸੀਂ ਕੀ ਕਰਨਾ ਹੈ ਕਿ ਉਹਨੂੰ ਰੀਨਿਊ ਕਰਵਾ ਲਓ ਇਟ ਡਸਨਟ ਮੈਟਰ ਕਿ ਅ ਜੇਕਰ ਉਹ 3 ਸਾਲਾਂ ਤੋਂ ਪੁਰਾਣਾ ਹੈ 5 ਸਾਲਾਂ ਤੋਂ ਪੁਰਾਣਾ ਹੈ ਤਾਂ ਤੁਸੀਂ ਉਹਨੂੰ ਰੀਨਿਊ ਕਰਵਾ ਲਓ ਆਦਰਵਾਇਜ਼ ਤਾਂ ਇਹ ਹੁੰਦਾ ਹੈ ਕਿ ਡੋਮਿਸਾਈਲ ਬਣਿਆ ਹੋਇਆ ਹੈ ਬੱਚੇ ਉਸਦੇ ਬਣਿਆ ਹੋਇਆ ਕਿ ਅਗਰ ਤੁਹਾਡੀ ਕਿਸੇ ਕਿਸੇ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤਾਂ ਉਹਦੇ ਵਿੱਚ ਦੇਖੋ ਨਾਮ ਦੀ ਕਰੈਕਸ਼ਨ ਦੇਖੋ ਸਪੈਲਿੰਗ ਮਿਸਟੇਕ ਫਾਦਰਜ਼ ਨੇਮ ਐਡਰੈਸ ਔਰ ਉਹਦੇ ਵਿੱਚ ਜਿਹੜਾ ਸਟੈਂਪ ਜਿਹੜੀ ਕਿ ਉਹ ਮੰਗਦੇ ਨੇ ਕਿ ਜੇਕਰ ਅਗਰ ਮੰਨ ਲਓ ਜਿਵੇਂ ਤੁਸੀਂ ਬੀਸੀਓ ਤਾਂ ਜੇ ਉਹ ਮੰਗ ਰਹੇ ਨੇ ਕਿ ਇਸ ਤੁਹਾਨੂੰ ਇਸ ਅਫੀਸਰ ਤੋਂ ਹੀ ਉਹ ਪਾਸ ਹੋਣਾ ਚਾਹੀਦਾ ਹੈ ਤਾਂ ਤੁਸੀਂ ਉਸ ਆਵਣਾ ਬੁਲਾਓ ਪੰਜਵੇਂ ਕੀ ਅਗਰ ਉਹਦਾ ਅੰਗਹੀਨਾ ਦਾ ਜਿਵੇਂ ਉਹ ਕਹਿੰਦੇ ਨੇ ਤਾਂ ਤੁਸੀਂ ਕਿਸੇ ਅਥਾਰਟੀ ਵਾਲੇ ਡਾਕਟਰ ਤੋਂ ਹੀ ਉਹਨੂੰ ਕਰਵਾਉਂਗੇ ਉਹ ਉਹਦਾ ਸਰਟੀਫਿਕੇਟ ਦੇ ਵਿੱਚ ਸਾਈਨ ਹੋਣੇ ਚਾਹੀਦੇ ਆ ਠੀਕ ਹੈ ਔਰ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਜਦੋਂ ਆਪਾਂ ਕਰਦੇ ਹਾਂ ਤਾਂ ਆਪਾਂ ਪੇਪਰ ਕਲੀਅਰ ਨੋ ਮੈਟਰ ਕਿ ਆਪਾਂ ਪੇਪਰ ਕਲੀਅਰ ਕਰ ਲਿਆ ਹੈ ਉਹ ਸਾਨੂੰ ਉੱਥੇ ਠਕਾ ਦਿੰਦੇ ਨੇ ਦੇਖੋ ਆਪਾਂ ਦੋ ਪੇਪਰ ਕਲੀਅਰ ਕਰਨੇ ਨੇ ਠੀਕ ਹੈ ਔਰ ਉਸ ਤੋਂ ਬਾਅਦ ਅਗਰ ਕਿਤੇ ਵੀ ਗੱਲ ਇਸ ਤਰ੍ਹਾਂ ਦੀ ਚੀਜ਼ਾਂ ਤੇ ਆ ਕੇ ਅਟਕ ਜਾਂਦੀ ਹੈ ਆਬਵੀਅਸਲੀ ਤਾਂ ਬਹੁਤ ਦੁੱਖ ਹੁੰਦਾ ਸੋ ਪਹਿਲਾਂ ਹੀ ਇਹਨਾਂ ਚੀਜ਼ਾਂ ਨੂੰ ਦੇਖੋ ਨਾਲ ਦੇ ਨਾਲ ਪ੍ਰੋਸੀਜਰ ਚਲਾ ਲਓਗੇ ਤਾਂ ਤੁਹਾਡੇ ਜਦੋਂ ਹੋਣੀ ਹੈ ਨਾ ਵੀ ਵੈਰੀਫਿਕੇਸ਼ਨ ਉਦੋਂ ਤੱਕ ਤਾਂ ਤੁਹਾਡਾ ਸਾਰਾ ਕੁਝ ਬਣਿਆ ਹੋਏਗਾ ਤੁਹਾਨੂੰ ਉਸ ਟਾਈਮ ਤੇ ਟੈਨਸ਼ਨ ਨਹੀਂ ਰਹੇਗੀ ਬਿਕੋਜ਼ ਉਸ ਟਾਈਮ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ ਇਹ ਮੈਟਰ ਕਰਦਾ ਹੈ ਤਾਂ ਹੁਣ ਇਹ ਨਾਲ ਦੇ ਨਾਲ ਪ੍ਰੋਸੀਜਰ ਚੱਲਦਾ ਜਾਏਗਾ ਤੇ ਸਾਰੇ ਕੰਮ ਨਾਲ ਦੇ ਨਾਲ ਹੁੰਦੇ ਜਾਣਗੇ ਆਪਣੇ ਸਰਟੀਫਿਕੇਟ ਦੇ ਵਿੱਚ ਕਲੈਕਸ਼ਨਸ ਬਹੁਤ ਅੱਛੀ ਤਰ੍ਹਾਂ ਚੈੱਕ ਕਰ ਲਓ ਪਹਿਲਾਂ ਹੀ ਫਾਦਰ ਦੇ ਨੇਮ ਦੇ ਮਦਰ ਦੇ ਮਦਰ ਦੇ ਨੇਮ ਜਿਵੇਂ ਕਿਉਂਕਿ ਉਹ ਫਿਰ ਇਟ ਟੇਕਸ ਟਾਈਮ ਜਦੋਂ ਗਵਰਨਮੈਂਟ ਕੰਮ ਹੁੰਦੇ ਨੇ 3 ਸਾਲ 3 ਸਾਲ ਲਗਾ ਕੇ ਚੱਲੋ ਕਿ ਅਗਰ ਤੁਸੀ ਕੋਈ ਕੈਰੈਕਸ਼ਨ ਕਰवानी ਹੈ ਗਵਰਨਮੈਂਟ ਦੇ ਵਿੱਚੋਂ ਸੁਪੋਜ਼ ਤੁਹਾਡੇ ਚਹੁੰਦੇ ਮਾਕਸ਼ਰ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਉਹਨੂੰ 3 ਸਾਲ ਲੱਗਦੇ ਨੇ ਉਹ ਕਰੈਕਟ ਕਰਕੇ ਤੁਹਾਨੂੰ ਦੇਣਗੇ ਤਾਂ ਇਹ ਸੌਰੀ 3 ਸਾਲ ਨਹੀਂ 3 ਮਹੀਨੇ ਤਾਂ 3 ਮਹੀਨਿਆਂ ਦੇ ਵਿੱਚ ਤੁਹਾਡਾ ਕੰਮ ਹੁੰਦਾ ਹੈ ਤਾਂ ਉਸ ਤਰ੍ਹਾਂ ਤੁਸੀਂ ਉਸ ਪ੍ਰੋਸੀਜਰ ਨੂੰ ਪਹਿਲਾਂ ਹੀ ਪ੍ਰਸੀਡ ਕਰਕੇ ਰੱਖੋ ਤਾਂ ਕਿ ਉਸ ਟਾਈਮ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਓਕੇ ਤਾਂ ਪੇਪਰ ਜਿਵੇਂ ਕਿ ਆਪਾਂ ਨੂੰ ਇੱਥੇ ਮੈਂਸ਼ਨ ਕੀਤਾ ਹੋਇਆ ਹੈ ਕਿ ਦੋ ਆਬਜੈਕਟਿਵ ਟਾਈਪ ਹੋਏਗਾ ਔਰ ਦੋ ਚਰਨਾਂ ਦੇ ਵਿੱਚ ਹੋਏਗਾ ਯਾਨੀ ਕਿ ਇੱਕ ਪੇਪਰ ਲਿਖਤੀ ਲਿਆ ਜਾਏਗਾ ਔਰ ਰਿਟਰਨ ਪੇਪਰ ਹੋਏਗਾ ਔਰ ਔਨਲਾਈਨ ਨਹੀਂ ਹੋਏਗਾ ਓਕੇ ਤਾਂ ਉਹਨਾਂ ਨੇ ਜਿਵੇਂ ਕਿ ਪਹਿਲੇ ਵਿੱਚੋਂ ਕੱਢ ਲੈਣੇ ਨੇ ਬੱਚੇ ਕਿ ਹਾਂ 10 ਜਿਹੜੇ ਮੈਰਿਟ ਦੇ ਜਿਹੜੇ ਪਹਿਲੇ 10 ਗੁਣਾ ਹੋਣਗੇ ਬੱਚੇ ਉਹਨਾਂ ਨੂੰ ਕੱਢ ਲੈਣਗੇ ਫਿਰ ਦੂਜੇ ਚਰਨ ਦੀ ਪ੍ਰੀਖਿਆ ਲਈ ਜਾਏਗੀ ਫਿਰ ਉਹਨਾਂ ਦੀ ਕੰਬਨ ਲਿਸਟ ਕੱਢੀ ਜਾਏਗੀ ਕਿ ਹਾਂ ਇਹ ਬੱਚੇ ਸੀ ਸਿਲੇਕਟ ਕਰ ਲੈਨੇ ਤੇ 40 40% ਲੈਣਾ ਤਾਂ لازمی ہے پرکھیا ਵਿੱਚੋਂ ٹھیک ہے جے کا ਤੁਹਾਡੇ میرٹ ਦੇ ਵਿੱਚ ਕਹਿੰਦੇ ਕਿ ਬਰਾਬਰ ਹੋ ਜਾਂਦੇ ਤਾਂ ਤੁਹਾਡੇ ਜਿਹੜੇ ਕੁਆਲਿਫਾਈ ਜਿਹੜੇ ਤੁਸੀਂ ਬੀਏ ਆ ਕੋਈ ਡਿਗਰੀ ਕੀਤੀ ਹੋਈ ਉਹਨਾਂ ਦੇ ਨੰਬਰ ਉਹ ਕਰ ਲੈਣਗੇ ਜੇ ਉਹ ਵੀ ਬਰਾਬਰ ਹੋ ਜਾਂਦੇ ਨੇ ਫਿਰ ਜਿਹੜੇ ਵੀ ਦੀ ਵੀ ਪਰਸੈਂਟੇਜ ਹਾਈ ਜਾ ਰਹੀ ਹੈ ਆਬਵੀਅਸਲੀ ਉਹਨਾਂ ਨੂੰ ਹੀ ਉਹ ਰੱਖਣਗੇ ਤਾਂ ਉਹ ਉਹਦੀ ਟੈਨਸ਼ਨ ਤਾਂ ਇੰਨੀ ਜ਼ਿਆਦਾ ਤੁਸੀਂ ਨਾ ਹੀ ਲਓਗੇ ਕਿਿੱਦਾਂ ਸਿਲੈਕਸ਼ਨ ਪ੍ਰੋਸੈਸ ਹੋਏਗਾ ਜੇ ਸਾਡੇ ਨੰਬਰ ਬਰਾਬਰ ਹੋ ਗਏ ਸੀ ਕੀ ਕਰਾਂਗੇ ਤੋ ਉਹਨਾਂ ਦਾ ਕੰਮ ਹੈ ਉਹਨਾਂ ਤੇ ਛੱਡ ਦਿਓ ਠੀਕ ਹੈ ਤੁਸੀਂ ਆਪਣੀ ਮਿਹਨਤ ਕਰਨੀ ਹੈ ਬਸ ਬਹੁਤ اچھی ਤਰ੍ਹਾਂ ਹਲੇ ਹਲੇ ਸਿਲੇਬਸ ਇਹਨਾਂ ਨੇ ਐਸਚ ਮੈਂਸ਼ਨ ਨਹੀਂ ਕੀਤਾ ਆ ਮੇ ਕੋਲ ਜਿਹੜਾ ਆ ਪਿਆ ਹੈ ਬੱਚਨ ਉਹਦੇ ਤੇ ਤੁਹਾਨੂੰ ਅਗਰ ਤੁਸੀਂ ਕਾਉਂਗੇ ਤਾਂ ਅਸੀਂ ਡਿਸਕਸ ਕਰ ਲਵਾਂਗੇ ਉਹਨੂੰ ਬਟ ਫਿਲਹਾਲ ਤਾਂ ਫਾਰਮ ਫਿਲ ਕਰਨਾ ਹੈ ਤੁਸੀਂ ਐਡਮਿਟ ਕਾਰਡ ਆਣਗੇ ਤੁਸੀਂ ਐਡਮਿਟ ਕਾਰਡ ਵੀ ਸੰਭਾਲ ਕੇ ਰੱਖਣਾ ਹੈ ਰੋਲ ਨੰਬਰ ਜਿਹੜਾ ਆਉਂਦਾ ਹੈ ਆਪਣਾ ਸੰਭਾਲ ਕੇ ਰੱਖਣਾ ਹੈ ਤੁਸੀਂ ਫੀਸ ਵੀ ਸੰਭਾਲ ਕੇ ਰੱਖਣੀ ਤੁਸੀਂ ਐਪਲੀਕੇਸ਼ਨ ਫਾਰਮ ਵੀ ਸੰਭਾਲ ਕੇ ਰੱਖਣਾ ਹੈ ਬੱਚੇ ਕੀ ਕਰਦੇ ਐਪਲੀਕੇਸ਼ਨ ਲਾਸਟ ਕਰ ਦਿੰਦੇ ਨੇ ਫੀਸ ਲਾਸਟ ਕਰ ਦਿੰਦੇ ਨੇ ਉਹਨਾਂ ਸਾਰਿਆਂ ਨੂੰ ਤੁਸੀਂ ਬਹੁਤ ਸੰਭਾਲ ਕੇ ਰੱਖਣਾ ਕਿਉਂਕਿ ਇਹਦੇ ਵੀ ਜਿੰਨੀਆਂ ਵਿੱਚ ਜਨਕਲੂਡ ਹੋ ਰਹੇ ਨੇ ਕਦੇ ਵੀ ਕੁਝ ਵੀ ਮੰਗ ਸਕਦੇ ਜਿਵੇਂ ਫੀਸ ਐਪਲੀਕੇਸ਼ਨ ਫਾਰਮ ਐਂਡ your all the certificates ਜਿਹੜਾ ਤੁਹਾਡਾ ਕੈਟਾਗਰੀ ਦਾ ਸਰਟੀਫਿਕੇਟ ਹੈ ਡੋਮਿਸਾਈਲ ਜੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ ਠੀਕ ਹੈ ਔਰ ਜਿਹੜਾ ਵੀ ਤੁਹਾਡਾ ਹੈ ਕੋਟਾ ਹੈ ਜਿਵੇਂ ਕਿ bc ਹੈ ਜਾਂ ਤੁਹਾਡਾ ਫ੍ਰੀडम फाइਟਰ ਦਾ ਉਹ ਪਲੱਸ ਤੁਸੀਂ ਆਪਣਾ ਜਿਹੜੇ ਵੀ ਤੁਹਾਡੇ ਡਾਕੂਮੈਂਟਸ ਨੇ ਫਾਰਮ ਫਿਲ ਕਰਨ ਲੱਗੇ ਮੈਂ ਤੁਹਾਨੂੰ ਹਲੇ ਪ੍ਰੋਸੀਜਰ ਵੀ ਦੱਸ ਦਿੰਨੀ ਆ ਕਿ ਤੁਸੀਂ ਵੈਬਸਾਈਟ ਤੇ ਜਾਣਾ ਠੀਕ ਹੈ ਉੱਥੇ ਤੁਸੀਂ ਅਪਲਾਈ ਕਰਨਾ ਹੈ ਜਿਹੜੀ ਵੀ ਡੇਟਾ ਨੇ ਮੈਂਸ਼ਨ ਕੀਤੇ ਹੋਏ ਹੈ ਕਿ 4 14 ਤੋਂ ਲੈ ਕੇ 11 2 ਤੱਕ ਤੁਸੀਂ ਫੀਲ ਕਰ ਸਕਦੇ ਹੋ ਠੀਕ ਹੈ ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਇਨਸਟਰਕਸ਼ਨਸ ਨੂੰ ਪੜ੍ਹਨਾ ਹੈ ਠੀਕ ਹੈ ਜੇ ਤੁਸੀਂ ਕਹੋਗੇ ਤਾਂ ਮੈਂ ਫਾਰਮ ਫਿਲ ਕਰਨ ਦਾ ਤਰੀਕਾ ਵੀ ਤੁਹਾਨੂੰ ਦੱਸ ਦੂੰਗੀ ਅ ਪਰ ਤੁਸੀਂ ਮੈਨੂੰ ਮੈਂਸ਼ਨ ਕਰਕੇ ਜਰੂਰ ਦੱਸਣਾ ਹੈ ਜਿਹੜੇ ਵੀ ਤੁਹਾਡੇ ਡਾਕੂਮੈਂਟਸ ਹੋਣਗੇ ਜਿਵੇਂ ਤੁਹਾਡਾ ਸਾਈਨ ਹੋਗੇ ਤੁਹਾਡੀ ਫੋਟੋ ਹੋਗੀ ਜਿਹੜੀ ਵੀ ਫਾਰਮੈਟ ਦੇ ਵਿੱਚ ਫੋਟੋ ਮੰਗੀ ਹੋਈ ਹੈ ਜੇਪੀਜੀ ਦੇ ਵਿੱਚ ਮੰਗੀ ਹੈ ਕਿੰਨੇ ਬਾਈ ਕਿੰਨੇ ਦੀ ਮੰਗੀ ਫੋਟੋ ਹੈ ਹਨਾ ਉਹਨਾਂ ਦਾ ਇੱਕ ਫਿਕਸ ਫਾਰਮੈਟ ਹੈ ਕਿ ਉਹਨਾਂ ਨੇ ਸਕੈਨਡ ਫੋਟੋ ਤਾਂ ਫੋਟੋ ਮੰਗੀ ਹੈ ਤੇ ਉਹ ਤੁਹਾਡੇ ਜਿਹੜੇ ਸਰਟੀਫਿਕੇਟ ਹੋਣਗੇ ਜਾਨਕੀ 10th 2 BA ਜੋ ਵੀ ਤੁਸੀਂ ਕਲੀਅਰ ਕੀਤਾ ਉਹਨਾਂ ਦੇ ਸਕੈਨਡ ਫੋਟੋ ਤੁਸੀਂ ਅਪਲੋਡ ਕਰਨੇ ਆ ਫਾਰਮ ਫਿਲ ਕਰਨ ਲੱਗੇ ਤੇ ਆਪਣੀ ਫੋਟੋ ਸਕੈਨ ਕਰਕੇ ਪਾਣੀ ਹੈ ਆਪਣੇ ਸਾਈਨ ਸਕੈਨ ਕਰਕੇ ਪਾਣੇ ਨੇ ਓਕੇ ਤੇ ਜੇ ਤੁਹਾਡਾ ਕੋਈ ਵੀ ਸਰਟੀਫਿਕੇਟ ਜਿਵੇਂ ਬੀਸੀ ਦਾ ਹੈ ਜਾਂ ਕੁਝ ਵੀ ਹੈ ਉਹ ਤੁਸੀਂ ਸਕੈਨ ਕਰਕੇ ਪਾਣੇ ਆ ਔਰ ਉਹ ਕਹਿ ਰਹੇ ਨੇ ਕਿ ਆਪਣੇ ਬਹੁਤ اچھی طرح ਪਿਤਾ ਦਾ ਨਾਮ ਜਨਮ ਕੈਟਾਗਰੀ ਸਾਰਾ ਕੁਝ ਤੁਸੀਂ ਕਰਨਾ ਹੈ ਪਰ ਬਹੁਤ ਚੰਗੀ ਤਰ੍ਹਾਂ ਕਿਉਂਕਿ ਉਹ ਕਹਿ ਰਹੇ ਨੇ ਬਾਅਦ ਚ ਸਹੀ ਕਲੈਕਸ਼ਨ ਦਾ ਮੌਕਾ ਨਹੀਂ ਦੇਵਾਂਗੇ ਯਾਨੀ ਕਿ ਰਿਜੈਕਟ ਹੋ ਜਾਓਗੇ ਇਸ ਲਈ ਪਹਿਲੇ ਹੀ ਕਰਕੇ ਰੱਖੋ ਨਾਲ ਨਾਲ ਸਾਰਿਆਂ ਨੂੰ ਠੀਕ ਹੈ ਤੇ ਜਿਹੜਾ ਆ ਜਨਮ ਮਿਤੀ ਉਹਨਾਂ ਨੇ ਕਿਹਾ ਕਿ ਤੁਸੀਂ ਡੇਟ ਪਹਿਲਾਂ ਲਿਖਣੀ ਹੈ ਮੰਥ ਫਿਰ ਇਅਰ ਲਿਖਣਾ ਹੈ ਇਸ ਤਰ੍ਹਾਂ ਜਿੱਦਾਂ ਇਹਨਾਂ ਨੇ ਫਾਰਮੈਟ ਤੈਅ ਨੋਟ ਦੇ ਵਿੱਚ ਉਸ ਤਰ੍ਹਾਂ ਤੁਸੀਂ ਫਾਰਮ ਫਿਲ ਕਰ ਦੇਣਾ ਹੈ ਠੀਕ ਹੈ ਤੇ ਤੁਸੀਂ SBI ਬੈਂਕ ਦੇ ਵਿੱਚ 15 ਦੋ ਤੱਕ ਫੀਸ ਡਿਪੋਜ਼ਿਟ ਕਰਾ ਸਕਦੇ ਹੋ ਫੀਸ ਦਾ ਚਲਾਨ ਸੰਭਾਲ ਕੇ ਰੱਖਣਾ ਇਹਨਾਂ ਇਹਨਾਂ ਚੋਂ ਕੋਈ ਵੀ ਮੈਥਡ ਤੁਸੀਂ ਯੂਜ਼ ਕਰ ਸਕਦੇ ਹੋ ਜਿਵੇਂ ਡੈਬਿਟ ਕਾਰਡ ਰੂਪੀ ਕਾਰਡ ਫੋਨ ਪੇ Google ਪੇ Paytm ਬੈਂਕ ਚਲਾਨ ਕੁਝ ਵੀ ਅ ਨਾਟ ਬੈਂਕਿੰਗ ਤੁਸੀਂ ਉਹਨਾਂ ਦੇ ਥਰੂ ਆਪਣੀ ਕਰ ਸਕਦੇ ਹੋ ਬਟ ਜਿਉਂ ਹੋਰ ਉਹ ਨਾ ਜਿਵੇਂ ਹੁੰਦਾ ਨਾ ਕਈ ਵਾਰ ਪੇਮੈਂਟ ਆਪਣੀ ਅਨਸਕਸੈਸਫੁਲ ਹੋ ਜਾਂਦੀ ਹੈ ਤਾਂ ਤੁਸੀਂ ਉਹਨੂੰ ਦੇਖ ਲੈਣਾ ਹੈ ਕਿ ਪੇਮੈਂਟ ਸਕਸੈਸਫੁਲ ਹੋ ਜਾਵੇ ਇਸ ਲਈ ਮੈਂ ਕਹਿ ਰਹੀ ਹਾਂ ਕਿ ਬਿਲਕੁਲ ਲਾਸਟ ਡੇਟ ਤੇ ਨਾ ਕਰਿਓ 5 ਦਿਨ 4 ਦਿਨ ਪਹਿਲਾਂ ਕਰਿਓ ਤਾਂ ਕਿ ਦੂਸਰੇ ਜਿਹੜੇ অপਸ਼ਨਸ ਨੇ ਉਹ ਸਾਡੇ ਕੋਲ ਅਵੇਲੇਬਲ ਰਹਿਣ ਓਕੇ ਤੇ ਪ੍ਰਿੰਟ ਜਿਹੜਾ ਕਿ ਨਾਲ ਲੱਖਿਆ ਲਿਖਿਆ ਆ ਸਾਫ ਤੌਰ ਤੇ ਕਿ ਉਹ ਵਿਖਲੇ ਸੰਭਾਲ ਕੇ ਰੱਖਿਆ ਜਾਵੇ ਬੱਚੇ ਪ੍ਰਿੰਟਸ ਆਊਟ ਸੰਭਾਲ ਕੇ ਨਹੀਂ ਰੱਖਦੇ ਤਾਂ ਤੁਸੀਂ ਇਹ ਗਲਤੀ ਨਹੀਂ ਕਰਨੀ ਆ ਹੁਣ ਠੀਕ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਕੇ ਰੱਖਣਾ ਕਿਤੇ ਵੀ ਉਹ ਕਾਪੀ ਗੁੰਮਣੀ ਨਹੀਂ ਚਾਹੀਦੀ ਇਹ ਨਹੀਂ ਕਿ ਮੇਰੇ ਸਾਡੇ ਕੋਲ ਉਹਦਾ ਫਾਰਮੈਟ ਤੇ ਆਫੋਨ ਦੇ ਵਿੱਚ ਨੋ ओरिजिनल ਮੀਨਸ ओरिजिनल ਠੀਕ ਹੈ ਜੇ ਤੁਹਾਡੇ ਕੋਲ ਬੈਂਕ ਵਾਲਾ ਹੈ ਤਾਂ ਉਹ ਵਾਲਾ ਜੇ ਤੁਸੀਂ ਬੈਂਕ ਤੋਂ ਕਰਵਾ ਕੇ ਆਨੇ ਮਤਲਬ ਜੇ ਤੁਸੀਂ ਔਨਲਾਈਨ ਕਰਵਾਇਆ ਤਾਂ ਉਸ ਦੀ ਰਸੀਦ ਉੱਥੇ ਹੋਣੀ ਚਾਹੀਦੀ ਹੈ ਔਰ ਜੇ ਤੁਸੀਂ ਬੈਂਕ ਚ ਕਰਾ ਕੇ ਤਾਂ ਸਟੈਂਪ ਵਾਲਾ ਤੁਹਾਡੇ ਕੋਲ ਪ੍ਰਿੰਟ ਕੱਢਿਆ ਹੋਣਾ ਚਾਹੀਦਾ ਹੈ ਪ੍ਰਿੰਟ ਚਾਹੀਦਾ ਉਹਨਾਂ ਨੂੰ ਠੀਕ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਫਾਰਮ ਫਿਲ ਕਰਨ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਮੈਨੂੰ ਇੱਥੇ ਨਹੀਂ ਸਮਝ ਆ ਰਿਹਾ ਕਿ ਕਿਵੇਂ ਕਰਨਾ ਹੈ ਤਾਂ ਉਹਨਾਂ ਨੇ ਤੁਹਾਨੂੰ ਆਪਣਾ ਹੈਲਪ ਡੈਸ ਦਾ ਜਿਹੜਾ ਈਮੇਲ ਹੈ ਉਹ ਦਿੱਤੀ ਹੋਈ ਹੈ help triple sb@ pan.com ਇਹਦੇ ਤੁਸੀਂ ਈਮੇਲ ਕਰਕੇ ਉਹਨਾਂ ਨੂੰ ਕੁਝ ਵੀ ਕੁਇਰੀ ਕਰਨੀ ਹੈ ਆਪਣੇ ਕੋਈ ਵੀ ਆਪਣੀ ਇਨਫਰਮੇਸ਼ਨ ਲੈਣੀ ਹੈ ਕੋਈ ਵੀ ਮੈ ਤੁਹਾਨੂੰ ਸਮਝ ਨਹੀਂ ਆ ਰਹੀ ਚੀਜ਼ ਤੁਸੀਂ ਇਹਨਾਂ ਤੋਂ ਹੈਲਪ ਲੈ ਸਕਦੇ ਹੋ ਠੀਕ ਹੈ ਇਸ ਈਮੇਲ ਦੇ ਰਾਹੀਂ ਸੋ ਮੈਂ ਇੰਨਾ ਹੀ ਦੱਸਣਾ ਸੀ ਡਿਟੇਲ ਦੇ ਵਿੱਚ ਕਿ ਤੁਸੀਂ ਆਪਣੇ ਪਹਿਲੇ ਸਾਰੇ ਸਰਟੀਫਿਕੇਟਸ ਦੇ ਵਿੱਚ ਨੇਮਸ ਦੀ ਕਰੈਕਸ਼ਨ ਚੈੱਕ ਕਰ ਲਓ ਫਾਦਰ ਆਪ ਆਪਣੇ ਨਾਮ ਦੇ ਵਿੱਚ ਕਰੈਕਸ਼ਨ ਜਿਹੜੀਆਂ ਉਹ ਚੈੱਕ ਕਰ ਲੋ ਚੰਗੀ ਤਰ੍ਹਾਂ ਆਪਣੇ ਸਾਰੇ ਡਾਕੂਮੈਂਟ ਵੈਰੀਫਾਈ ਕਰ ਲੋ ਆਪਣੀ ਜਿਹੜੀ ਫੋਟੋ ਹੈ ਜੇ ਸਕੈਨ ਕਰਕੇ ਪਾਣੀ ਅਪਲੋਡ ਕਰਨੀ ਹੈ ਜਿਹੜੇ ਸਾਈਨ ਨੇ ਤੁਹਾਡੇ ਹਨਾ ਜਾਂ ਤੁਸੀਂ ਆਪਣਾ ਬੈਂਕ ਦੀ ਸਲਿੱਪ ਹੈ ਐਪਲੀਕੇਸ਼ਨ ਫਾਰਮ ਹੈ ਇੱਕ ਫਾਈਲ ਜੇ ਤੁਸੀਂ ਹੁਣ ਤੋਂ ਹੀ ਜੋ ਵੀ ਉਹਨਾਂ ਨੇ ਕਿਹਾ ਹੋਇਆ ਇਸ ਪਰਟੀਕੂਲਰ ਮੈਮੋ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੈ ਤੁਸੀਂ ਸਭ ਸਭ ਚੀਜ਼ਾਂ ਪਹਿਲੇ ਹੀ ਸੰਭਾਲ ਕੇ ਰੱਖੋ ਕੋਈ ਕਰੈਕਸ਼ਨ ਹੈ ਹੁਣੇ ਉਸ ਦੇ ਲਈ ਅਪਲਾਈ ਕਰੋ ਔਰ ਹੁਣੇ ਉਸ ਨੂੰ ਕਰੈਕਟ ਕਰਾ ਲਓ ਔਰ ਆਪਣੀ ਤੁਹਾਡੇ ਜਿਹੜੀ ਇਹਨਾਂ ਨੇ ਮੈਂਸ਼ਨ ਕੀਤੀ ਕਿ ਜਿਹੜੇ এডਿਕੇਸ਼ਨ ਕੁਆਲਿਫਿਕੇਸ਼ਨ ਦੇ ਤੁਹਾਡੇ ਸਰਟੀਫਿਕੇਟ ਨੇ ਉਹ ਮਤਲਬ ਜੇਵੇਂ ਤੁਸੀਂ ਅੱਜ ਫਿਲ ਕੀਤਾ ਹੈ ਤਾਂ ਉਸ ਉਸੇ ਡੇਟ ਤੱਕ ਦੇ ਤੁਹਾਡੇ ਕੋਲ ਹੋਣੇ ਚਾਹੀਦੇ ਇਹ ਨਹੀਂ ਕਿ ਮੈਂ ਹਲੇ ਪਾਸ ਕਰਨਾ ਹੈ ਸੋਰੀ ਪਾਸ ਕਰ ਲਿਆ ਤੇ ਡੀਐਮਸੀ ਹਲੇ ਆਣੀ ਹੈ ਤਾਂ ਉਹ ਉਹ ਡੇਟ ਜਿਹੜੀ ਉਹਦੇ ਵਿੱਚ ਅੱਗੇ ਦੀ ਹੋ ਜੇਗੀ ਉਹ ਮੈਂਸ਼ਨ ਨਹੀਂ ਹੋਏਗੀ ਓਕੇ ਸੋ ਧੰਨਵਾਦ